ਦਿਲਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਬਾਹਰ 17 ਮਾਰਚ ਨੂੰ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜਾਣਕਾਰੀ 5 ਮੈਂਬਰ ਹਵਾਰਾ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਅਤੇ ਮੈਂਬਰ ਮਾਸਟਰ ਸੰਤੋਖ ਸਿੰਘ ਨੇ ਦਿੱਤੀ। ਅਕਾਲੀ ਬੀਜੇਪੀ ਅਤੇ ਕਾਂਗਰਸ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਉਹਨਾਂ ਆਖਿਆ ਕਿ ਸਰਕਾਰ ਨੂੰ ਅਸੀਂ ਅਲਟੀਮੇਟ ਦਿੱਤਾ ਸੀ ਕਿ ਬਾਇਬਲ ਕਾਂਡ ਵਿੱਚ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾ ਦੇਣਾ, ਮੌੜ ਬੰਬ ਕਾਂਡ ਇਨਸਾਫ਼ ਅਤੇ ਨਕੋਦਰ ਕਾਂਡ ਇਨਸਾਫ਼ ਅਤੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਵਾਂਗੇ। ਉਹਨਾਂ ਆਖਿਆ ਕਿ ਜੇਕਰ ਪਾਕਿਸਤਾਨ ਦੀ ਸਰਕਾਰ ਜਨੇਵਾ ਕਨਵੈਨਸ਼ਨ ਅਤੇ ਸੰਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਛੱਡ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡ ਸਕਦੀ। ਉਹਨਾਂ ਆਖਿਆ ਬੰਦੀ ਸਿੰਘ ਜੋ ਕਿ 30 ਸਾਲ ਤੋਂ ਵੀ ਵੱਧ ਸਜ਼ਾਵਾਂ ਕੱਟ ਚੁੱਕੇ ਹਨ ਅਤੇ ਅਦਾਲਤਾਂ ਵੀ ਨੋਟਿਸ ਲੈ ਕੇ ਰਿਹਾਈ ਨਹੀਂ ਦੇ ਰਹੀਆਂ, ਅਦਾਲਤਾਂ ਤੇ ਵੀ ਸਿਆਸੀ ਦਬਾਅ ਪੈਣਾ ਸ਼ੁਰੂ ਹੋ ਗਿਆ। ਉਹਨਾਂ ਆਖਿਆ ਕਿ ਅਦਾਲਤਾਂ ਤੋਂ ਅਸੀਂ ਇਨਸਾਫ਼ ਦੀ ਮੰਗ ਕਰ ਰਹੇ ਹਾਂ ਪਰ ਹੁਣ ਅਦਾਲਤਾਂ ਹੀ ਬੇਇਨਸਾਫ਼ੀ ਕਰ ਰਹੀਆਂ ਹਨ। ਉਹਨਾਂ ਨੇ ਨਾਭਾ ਵਿਖੇ 17 ਮਾਰਚ ਦੇ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਮੇਰੀ ਮੰਗ ਸੀਗੀ ਕਿ ਜਿਹੜੇ ਬਾਇਬਲ ਕਲਾ ਕਾਂਡ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੋਸ਼ੀਆਂ ਨੂੰ ਕਾਤਲਾਂ ਨੂੰ ਫੜੇ ਜਾਣਾ, ਉਹਨਾਂ ਦੇ ਖਿਲਾਫ਼ ਕੇਸ ਚਲਾਉਣੇ ਅਤੇ ਨਾਲ ਦੇ ਨਾਲ ਜਿਹੜੇ ਸਿੰਘ ਸਾਡੇ ਜੇਲ੍ਹਾਂ ਵਿੱਚ ਨੇ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਸਿੰਘਾਂ ਦੀ ਰਿਹਾਈ ਅਤੇ ਨਾਲ ਦੇ ਨਾਲ ਨਕੋਦਰ ਕਾਂਡ ਦੀ ਅਸੀਂ ਇਨਸਾਫ਼ ਦੀ ਮੰਗ ਕੀਤੀ ਅਤੇ ਮੌੜ ਬੰਬ ਕਾਂਡ ਦੀ ਅਸੀਂ ਜਿਹੜੀ ਹੈ ਉਹ ਇਨਸਾਫ਼ ਦੀ ਮੰਗ ਕੀਤੀ ਹੈ। ਅਤੇ ਹੁਣ 17 ਮਾਰਚ ਨੂੰ ਐਤਵਾਰ ਵਾਲੇ ਦਿਨ ਅਸੀਂ ਨਾਭੇ ਦੀ ਸਿਕਿਉਰਿਟੀ ਜੇਲ੍ਹ ਦੇ ਬਾਹਰ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਸ਼ਾਂਤਮਈ ਰੋਸ ਧਰਨਾ ਦੇਵਾਂਗੇ, ਜਿਹਦੇ ਨਾਲ ਕਿ ਇਹ ਜਿਹੜੀ ਬੋਲੀ ਅੰਨੀ ਜਿਹੜੀ ਸਰਕਾਰ ਹੈ ਉਹਨੂੰ ਪਤਾ ਲੱਗ ਸਕੇ ਕਿ ਬਈ ਜੇਕਰ ਪਾਕਿਸਤਾਨ ਦੀ ਸਰਕਾਰ ਜਨੇਵਾ ਕਨਵੈਨਸ਼ਨਸ ਨੂੰ ਧਿਆਨ 'ਚ ਰੱਖਦੇ ਹੋਏ, ਜਨੇਵਾ ਦੇ ਸੰਧੀ ਨੂੰ ਧਿਆਨ 'ਚ ਰੱਖਦੇ ਹੋਏ ਅਗਰ ਉਹ ਅਭਿਨੰਦਨ ਨੂੰ ਛੱਡ ਸਕਦੀ ਹੈ ਤਾਂ ਫਿਰ ਕਿਉਂ ਨਹੀਂ ਜਨੇਵਾ ਦੇ ਵਿੱਚ ਜਿਹੜਾ ਕਿ ਯੂਨੀਵਰਸਲ ਹਿਊਮਨ ਰਾਈਟਸ ਡੈਕਲੇਰੇਸ਼ਨ ਦੇ ਉੱਤੇ ਇੰਡੀਆ ਦੀ ਸਰਕਾਰ ਨੇ ਭਾਰਤ ਸਰਕਾਰ ਨੇ ਵੀ ਸਿਗਨੇਚਰ ਕੀਤੇ ਨੇ 1948 ਦੇ ਵਿੱਚ, ਉਸ ਦੇ ਤਹਿਤ ਕਿਉਂ ਨਹੀਂ ਉਹ ਬੰਦੀ ਸਿੰਘ ਜਿਹੜੇ ਕਿ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਕਿਉਂ ਨਹੀਂ ਛੱਡੇ ਜਾ ਸਕਦੇ? ਦੇਖੋ ਇਹਦੇ ਵਿੱਚ ਕੁਛ ਐਸੇ ਬੰਦੀ ਸਿੰਘ ਨੇ ਜਿਹਨਾਂ ਨੇ ਕਿ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਦੀ ਗਿਣਤੀ 10 ਤੋਂ ਉੱਪਰ ਹੈ, ਹੋਰ ਉਹਨਾਂ ਨੇ ਜਿੰਨੀਆਂ ਸਜ਼ਾਵਾਂ ਉਹਨਾਂ ਨੂੰ ਕੋਰਟ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਸੀਗੀਆਂ ਉਸ ਤੋਂ ਡਬਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਮਤਲਬ ਕਹਿਣ ਦਾ ਐਸੇ ਬੰਦੀ ਸਿੰਘ ਨੇ ਜਿਹਨਾਂ ਨੇ ਕਿ 30-30 ਸਾਲ ਤੱਕ ਦੀ ਹੋਰ ਸਾਡੇ ਜਿਹੜੀ ਅਦਾਲਤਾਂ ਨੇ ਜਿਹੜੀ ਸਾਡੀ IPC ਹੈ ਉਹਦੇ ਮੁਤਾਬਕ ਕੋਈ ਵੀ ਮੁਜਰਮ 30 ਸਾਲ ਤੱਕ ਜਿਹੜਾ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹਨੂੰ ਨਹੀਂ ਹੋ ਸਕਦੀ। ਹੁਣ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਅਤੇ ਦੁੱਖ ਵੀ ਇਸ ਗੱਲ ਦਾ ਹੈ ਕਿ ਭਾਰਤੀ ਜਿਹੜੀਆਂ ਅਦਾਲਤਾਂ ਨੇ ਉਹ ਬਹੁਤ ਸਾਰੇ ਗੈਰ ਕਾਨੂੰਨੀ ਕੰਮ ਜਿਸ ਵੇਲੇ ਹੁੰਦੇ ਨੇ ਅਤੇ ਉਹਨਾਂ ਦਾ ਸਿਊ ਮੋਟੋ ਲੈ ਲੈਂਦੀਆਂ ਨੇ ਆਪ ਇੱਕ ਨੋਟਿਸ ਲੈ ਕਰਕੇ ਕਿ ਵੀ ਇਹ ਕੰਮ ਗਲਤ ਕਿਉਂ ਹੋ ਰਿਹਾ, ਇਹ ਗੈਰ ਕਾਨੂੰਨੀ ਕੰਮ ਕਿਉਂ ਹੋ ਰਿਹਾ। ਐਸੀਆਂ ਅਨੇਕਾਂ ਉਦਾਹਰਣਾਂ ਇਸ ਦੇਸ਼ ਦੇ ਵਿੱਚ ਮਿਲ ਸਕਦੀਆਂ ਨੇ ਜਿਸ ਵੇਲੇ ਕਿ ਹਾਈ ਕੋਰਟ ਨੇ ਅਤੇ ਸੁਪਰੀਮ ਕੋਰਟ ਨੇ ਸਿਊ ਮੋਟੋ ਲੈਂਦੇ ਹੋਏ ਸਰਕਾਰਾਂ ਨੂੰ ਨੋਟਿਸ ਦਿੱਤੇ ਨੇ ਅਤੇ ਲੋਕਾਂ ਨੂੰ ਇਨਸਾਫ ਦਵਾਇਆ, ਪਰ ਸਿੱਖਾਂ ਦੇ ਨਾਲ ਜਿਹੜਾ ਹੈ ਉਹ ਦੋਹਰੇ ਮਾਪਦੰਡ ਰੱਖੇ ਜਾਂਦੇ ਨੇ। ਕਿਉਂ ਨਹੀਂ ਅਦਾਲਤਾਂ ਸੁਪਰੀਮ ਕੋਰਟ
ਹਾਈ ਕੋਰਟ ਸਿਉ ਮੋਟੋ ਨੋਟਿਸ ਲੈ ਕਰਕੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਬਣਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੇ ਅੰਡਰ ਟ੍ਰਾਇਲਸ ਨੇ ਉਹਨਾਂ ਦੀ ਰਿਹਾਈ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਿਹਨਾਂ ਦੀ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੇ ਵਾਰਿਸ ਕੋਰਟਾਂ ਜਿਹੜੀਆਂ ਨੇ ਸਿਉ ਮੋਟੋ ਕਿਉਂ ਨਹੀਂ ਲੈਂਦੀਆਂ, ਕਿਉਂ ਨਹੀਂ ਸਾਡੇ ਬੰਦੀ ਸਿੰਘ ਜਿਹੜੇ ਨੇ ਉਹ ਰਿਹਾਅ ਕੀਤੇ ਜਾਂਦੇ। ਐਸਾ ਸਾਨੂੰ ਬੇਗਾਨਗੀ ਦਾ, ਗੁਲਾਮੀਅਤ ਦਾ ਅਹਿਸਾਸ ਇਸ ਦੇਸ਼ ਵਿੱਚ ਰਹਿੰਦੇ ਹੋਇਆਂ, ਪੰਜਾਬ ਵਿੱਚ ਰਹਿੰਦੇ ਹੋਇਆਂ, ਸਾਨੂੰ ਕਿਉਂ ਐਸਾ ਅਹਿਸਾਸ ਕਰਾਇਆ ਜਾ ਰਿਹਾ? ਹੁਣ ਅਸਲ 'ਚ ਮੂਲ ਕੀ ਹੈ ਕਿ ਅਦਾਲਤਾਂ ਕੋਲੋਂ ਹੀ ਅਸੀਂ ਆਸ ਕਰਦੇ ਹਾਂ ਇਨਸਾਫ ਦੀ, ਅਤੇ ਅਦਾਲਤਾਂ ਹੀ ਬੇਇਨਸਾਫੀ ਕਰ ਰਹੀਆਂ। ਉਹਦੇ ਪਿੱਛੇ ਕੀ ਹੈ ਉਹ ਸਾਰਾ ਤੁਹਾਨੂੰ ਪ੍ਰੈਸ ਸਾਹਿਬ ਨੇ ਦੱਸਿਆ। ਦੂਸਰੀ ਗੱਲ ਇਹ, ਅਸੀਂ ਤੁਹਾਡੇ ਰਾਹੀਂ ਉਹਨਾਂ ਲੋਕਾਂ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਹਾਂ ਜਿਹੜੇ ਅਜੇ ਤੱਕ ਅਨਅਵੇਅਰ ਨੇ, ਜਿਹੜੇ ਸੁੱਤੇ ਹੋਏ ਨੇ, ਕਿਉਂਕਿ ਪਾਰੋ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੋ ਰਿਹਾ ਇਹ ਕਦੇ ਵੀ ਹੋ ਸਕਦਾ, ਕਿਸੇ ਨਾਲ ਵੀ ਹੋ ਸਕਦਾ। ਜੇ ਅਸੀਂ ਨਹੀਂ ਜਾਗੇ ਤਾਂ ਇਹ ਬਾਦਸਤੂਰ ਹੁੰਦਾ ਰਹੇਗਾ। ਤੁਸੀਂ ਵੇਖੋ, ਅਸੀਂ ਮਿਸਾਲ ਦੇ ਤੌਰ 'ਤੇ ਸਾਡੀ ਜਿਸ ਪਿਛਲੀ ਹਕੂਮਤ ਨੇ ਦੇ ਦੌਰਾਨ ਇਹ ਘਟਨਾ ਹੋਈ ਹੈ ਅਤੇ ਕਿਸ ਤਰ੍ਹਾਂ ਉਹਨਾਂ ਇਹਨੂੰ ਦਬਾਉਣਾ ਚਾਹਿਆ ਜੇ ਕੁਛ ਨਹੀਂ ਹੋਇਆ, ਲੇਕਿਨ ਉਸ ਤੋਂ ਪਿੱਛੇ ਜਾਈਏ ਅਤੇ 40 ਸਾਲ ਤੱਕ ਅਸੀਂ ਨਹੀਂ ਜਾਗੇ ਅਤੇ ਅਸੀਂ ਇੱਕ ਹਾਕਮ ਨੂੰ ਮੌਕਾ ਦਿੱਤਾ ਅਤੇ ਉਹਨਾਂ ਨੇ ਸਾਨੂੰ ਅੱਜ ਇਸ ਲੈਵਲ 'ਤੇ ਪਹੁੰਚਾ ਦਿੱਤਾ ਕਿ ਅਸੀਂ ਸਾਡਾ ਦੋਸ਼ ਸੀ ਜਾਂ ਨਹੀਂ ਸੀ, ਲੇਕਿਨ ਉਹ ਦੋਸ਼ ਦੇ ਮੁਤਾਬਕ ਜਿਹੜੀ ਸਜ਼ਾ ਹੋਈ ਹੈ ਸਾਨੂੰ, ਲੇਕਿਨ ਉਹ ਸਜ਼ਾ ਪੂਰੀ ਭੁਗਤ ਲੈਣ ਤੋਂ ਬਾਅਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਇਹ ਜ਼ੁਲਮ ਦੀ ਅਖੀਰ ਹੈ। ਹੁਣ ਅੱਗੇ 3 ਨੌਜਵਾਨਾਂ ਨੂੰ ਜਿਹੜੀ ਨਵੀਂ ਸਜ਼ਾ ਹੋਈ ਹੈ ਨਵਾਂ ਸ਼ਹਿਰ ਤੋਂ, ਸਾਰਾ ਮੀਡੀਆ ਜਾਣਦਾ, ਤੁਸੀਂ ਵੇਖੋ ਉਹ ਕਿਸ ਢੰਗ ਦੇ ਨਾਲ, ਉਹਦਾ ਆਧਾਰ ਕੀ ਹੈ। ਅਤੇ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਮੈਸੇਜ ਦਿੰਦੇ ਹਾਂ ਕਿ ਜਿਹੜੇ ਸਾਰੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਨੇ, ਚਾਹੇ ਉਹ ਕਿਸੇ ਵਰਗ ਦੇ ਵਿੱਚ ਨੇ, ਚਾਹੇ ਉਹ ਸਿੱਖ ਨੇ ਜਾਂ ਕਿਸੇ ਹੋਰ ਵਰਗ ਦੇ ਵਿੱਚ ਨੇ, ਉਹ ਇਹ ਜਾਗਣ ਕਿਸੇ ਨਾਲ ਵੀ ਕਿਸੇ ਵੇਲੇ ਵੀ ਧੱਕਾ ਹੋ ਸਕਦਾ। ਜੇ ਅਸੀਂ ਲਾਮਬੰਦ ਨਹੀਂ ਹੁੰਦੇ ਤਾਂ ਅਸੀਂ ਇਹਨਾਂ ਧੱਕਿਆਂ ਨੂੰ ਬਕਾਇਦਾ ਸੱਦਾ ਦੇ ਰਹੇ ਹਾਂ।